ਪਹਿਲਾਂ ਤਾਂ ਜਿਹੜਾ ਹਾਲਾਤ ਹੈ ਪੰਜਾਬ ਦੇ ਉਹ ਪ੍ਰਤੱਖ ਹੋ ਜਾਂਦੇ ਇਸ ਘਰ ਤੋਂ ਕਿ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਇੱਕ ਘਰ ਦੇ ਦੋ ਨੌਜਵਾਨ, ਇੱਕ ਪਹਿਲਾਂ ਨਸ਼ੇ ਨਾਲ ਪੂਰਾ ਹੁੰਦਾ ਅਤੇ ਇੱਕ ਉਹਦੇ ਭੋਗ ਤੋਂ ਪਹਿਲਾਂ ਹੀ ਉਹ ਵੀ ਪੂਰਾ ਹੋ ਜਾਂਦਾ। ਤੁਸੀਂ ਇਹਨਾਂ ਮਾਪਿਆਂ ਦੀ ਹਾਲਤ ਵੇਖੋ। ਸੋ ਹਕੂਮਤਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਅਸੀਂ ਦਾਅਵੇ ਕਰਦੇ ਫਿਰਦੇ ਹਾਂ ਵੱਡੇ ਵੱਡੇ ਪੰਜਾਬ ਦੇ ਵਿੱਚ ਮੈਂ ਨੌਜਵਾਨਾਂ ਨੂੰ ਭੜਕਾ ਰਿਹਾ, ਇਹ ਜਿਹੜੇ ਨੌਜਵਾਨ ਘਰਾਂ 'ਚੋਂ ਘਰਾਂ ਦੇ ਘਰ ਖਾਲੀ ਹੋ ਗਏ ਨੇ, ਆਹ ਛੋਟਾ ਜਿਹਾ ਉਹਦਾ ਪੁੱਤਰ ਹੈ, ਇੱਕ ਧੀ ਹੈ, ਹੁਣ ਇਹ ਹਕੂਮਤਾਂ ਨੂੰ ਪੁੱਛਣਾ ਚਾਹੀਦਾ ਵੀ ਨਸ਼ਾ ਜਿਹੜਾ ਵੇਖ ਰਿਹਾ ਜੇ ਤਾਂ ਤੁਹਾਡੇ ਵੱਸ ਦੀ ਗੱਲ ਨਹੀਂ, ਇਹਨੂੰ ਬੰਦ ਕਰਨਾ। ਫਿਰ ਅਸੀਂ ਤਾਂ ਕਰਾਵਾਂਗੇ, ਪਰ ਫਿਰ ਤੁਸੀਂ ਚੀਕਾਂ ਨਾ ਇਹ ਮਾਰਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਕਰਾ ਰਹੇ ਜੋ ਕਿਵੇਂ ਕਰੋਗੇ। ਮੈਂ ਜਦੋਂ ਪਿੰਡਾਂ 'ਚ ਜਾਂਦਾ ਨੌਜਵਾਨਾਂ ਨੂੰ ਅਪੀਲ ਕਰਦਾ ਅੱਜ ਵੀ ਇਹ ਘਰ ਦੀ ਹਾਲਾਤ ਤੁਸੀਂ ਵੇਖੋ, ਜਿਹੜਾ ਨਸ਼ਾ ਹੈ ਉਹ ਬੰਦੇ ਨੂੰ ਹੋਸ਼ੋ ਹਵਾਸ ਭੁਲਾ ਦਿੰਦਾ ਵੀ ਮੇਰਾ ਫਾਇਦਾ ਕੀ, ਨਫਾ ਕੀ, ਨੁਕਸਾਨ ਕੀ ਹੈ। ਪਰ ਆਪਣੇ ਮਾਂ ਪਿਓ ਵੱਲ ਝਾਤੀ ਮਾਰੋ, ਆਪਣੀ ਕੌਮ ਵੱਲ ਝਾਤੀ ਮਾਰੋ ਕਿ ਸਾਡੇ ਮਾਂ ਪਿਓ, ਸਾਡੇ ਧੀਆਂ ਪੁੱਤ ਕਿਹੜੇ ਹਾਲਾਤਾਂ 'ਚ ਗੁਜ਼ਰਨਗੇ ਬਾਅਦ 'ਚ, ਅਤੇ ਸਾਡੀ ਕੌਮ ਜੇ ਹੁਣ ਜਵਾਨ ਨੌਜਵਾਨ ਹੀ ਨਾ ਰਹੇ ਤਾਂ ਸੰਘਰਸ਼ ਕਰਨਾ ਕਰਨਾ। ਆਪਣੇ ਹੱਕਾਂ ਦੀ ਗੱਲ ਤਾਂ ਕਰਾਂਗੇ ਜੋ ਕਿ ਜਵਾਨੀ ਬਚੂਗੀ। ਸੋ ਨੌਜਵਾਨੋ, ਇਸ ਗੱਲ ਦੇ ਉੱਤੇ ਤਹੱਈਆ ਕਰੋ ਵੀ ਇਹ ਛੱਡਿਆਂ ਤੰਗੀ ਤਾਂ ਤੁਹਾਨੂੰ ਆਉਣੀ ਹੈ, ਪਰ ਘੱਟੋ ਘੱਟ ਆਪਣਾ ਨਿਸ਼ਚਾ ਕਰੋ, ਮਨ ਇਹ ਆਪਣੇ ਇਹਨਾਂ ਮਾਂ ਪਿਓ ਵੱਲ ਵੇਖੋ ਵੀ ਇਹ ਇਹਨਾਂ ਦਾ ਕੀ ਜੀਵਨ ਹੈ ਮਗਰੋਂ। ਸੋ ਸਾਰਿਆਂ ਦਾ ਹੀ ਇੱਦਾਂ, ਜਿਹੜੇ ਕਰ ਰਹੇ ਉਹਨਾਂ ਦੀ ਸਗੋਂ ਜ਼ਿਆਦਾ ਮਾੜੀ ਹਾਲਤ ਹੈ। ਉਹਨਾਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ, ਕੁੱਟਮਾਰ, ਪੈਸਿਆਂ ਨੂੰ ਖੋਣਾ, ਫਿਰ ਬਾਹਰ ਜਾ ਕੇ ਲੁੱਟਾਂ ਕਰਨੀਆਂ, ਇਹ ਸਭ ਕੁਝ ਨਸ਼ੇ 'ਚ ਫਸੇ ਹੋਏ ਨੌਜਵਾਨ ਕਰਦੇ ਨੇ। ਉਹਨਾਂ ਨੂੰ ਅਪੀਲ ਹੈ, ਬੜੀ ਨਿਮਰਤਾ ਸਹਿਤ ਬੇਨਤੀ ਹੈ ਅਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਮੁੜੋ ਘਰਾਂ ਨੂੰ ਅਤੇ ਗੁਰੂ ਦੇ ਇੱਕ ਸਿੱਖ ਬਣ ਕੇ ਮੁੜੋ। ਜਿਹੜੀ ਆਪਾਂ ਗੁਰ ਭਾਈ ਲਹਿਰ ਚਲਾਈ ਹੈ ਉਹਦਾ ਵੀ ਅਰਥ ਇਹੀ ਮਹਿਮਦਾ ਵੀ ਆਪਾਂ ਸਾਰੇ ਇੱਕ ਦੂਜੇ ਦੇ ਭਰਾ ਹਾਂ ਅਤੇ ਭਰਾ ਆਪਾਂ ਬਣਨਾ ਤਾਂ ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣੀਏ ਅਤੇ ਇਹਨਾਂ ਮਾਂ ਪਿਓ ਦੀ ਜ਼ਿੰਦਗੀ ਵੀ ਸੌਖੀ ਹੋਵੇ, ਨਾ ਨਸ਼ੇ ਪੱਤੇ ਕਰੀਏ। ਅਤੇ ਧੀਆਂ ਭੈਣਾਂ ਨੂੰ ਵੀ ਬੇਨਤੀ ਆ ਜਿਹੜੀਆਂ ਆਪਣੀਆਂ ਬੀਬੀਆਂ ਨੇ, ਤੁਸੀਂ ਆਪਣੇ ਭਰਾਵਾਂ ਨੂੰ, ਆਪਣੇ ਘਰ ਵਾਲਿਆਂ ਨੂੰ ਪ੍ਰੇਰਿਤ ਕਰੋ ਵੀ ਉਹ ਖੰਡੇ ਬਾਟੇ ਦੀ ਪਹੁੰਚ ਸਕਣ। ਇਹ ਕਿਸੇ ਨੂੰ ਟੋਕਣਾ ਨਹੀਂ, ਕਈ ਮੈਂ ਸੁਣਿਆ ਕਈਆਂ ਘਰਾਂ ਦੇ ਵਿੱਚ ਬੀਬੀਆਂ ਆਪ ਕਹਿੰਦੀਆਂ ਵੀ ਨਹੀਂ ਤੁਸੀਂ ਇਹ ਕੰਮ 'ਤੇ ਨਹੀਂ ਤੁਰਨਾ, ਸੋ ਹੁਣ ਆਹ ਕੰਮ 'ਤੇ ਚੰਗਾ ਨਹੀਂ ਨਾ ਜਿਹੜਾ ਹੋਇਆ, ਜਿਹੜਾ ਵਾਪਰ ਰਿਹਾ। ਸੋ ਇਸ ਕਰਕੇ ਇਹ ਮਾਂ ਪਿਓ ਦਾ ਦੁੱਖ ਹਕੂਮਤ ਵੀ ਵੇਖੇ ਵੀ ਇਹ ਇੱਕ ਘਰ ਹੈ ਅਜੇ, ਇਹ ਤੋਂ 3 ਕਿਲੋਮੀਟਰ ਦੂਰ ਇੱਕ ਹੋਰ ਨੌਜਵਾਨ ਕੱਲ੍ਹ ਹੀ ਉਹਦੀ ਮੌਤ ਹੋਈ ਹੈ, ਉਹਦਾ ਸੰਸਕਾਰ ਵੀ ਅਜੇ ਨਹੀਂ ਹੋਇਆ। ਇੱਦਾਂ ਹੁਣ ਹਰ ਪਿੰਡ ਦੇ ਵਿੱਚ 5-10-20 ਨੌਜਵਾਨ ਐਸੇ ਹੈਗੇ ਜਿਹੜੇ ਨਸ਼ੇ ਦੀ ਭੇਟ ਚੜ੍ਹ ਗਏ ਆ ਅਤੇ ਜਿਹੜੇ ਬਾਕੀ ਬਚੇ ਨੌਜਵਾਨ ਹੁਣ ਇਹਦੇ 'ਚ ਫਸੇ ਆ। ਸੋ ਸਾਡਾ ਮਿਸ਼ਨ ਇਹੋ ਹੀ ਆ ਮੌਕੇ ਦੇ ਉੱਤੇ ਵੀ ਨੌਜਵਾਨੀ ਨੂੰ ਸਾਂਭਣਾ, ਅਤੇ ਨੌਜਵਾਨੀ ਸਾਂਭਣ ਦੇ ਵਿੱਚ ਹਕੂਮਤ ਬੁਰੀ ਤਰ੍ਹਾਂ ਸਫਲ ਰਹੀ ਹੈ। ਅਤੇ ਜੇ ਅਸੀਂ ਇਸ ਰਾਹ 'ਤੇ ਤੁਰੇ ਹਾਂ ਤਾਂ ਹਕੂਮਤ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਾਂ ਤਾਂ ਤੁਸੀਂ ਇਹਨਾਂ ਮਾਂ ਪਿਓ ਨੂੰ ਜਵਾਬ ਦੇ ਦਿਓ ਆਣ ਕੇ, ਕਿਸੇ ਦਾ ਪੁੱਤ ਗੋਲੀਆਂ ਨਾਲ ਕਤਲ ਕਰ ਦਿੱਤਾ ਜਾਂਦਾ, ਉਹਦਾ ਤਾਂ ਇਨਸਾਫ ਤੁਹਾਡੇ ਕੋਲ ਦਿੱਤਾ ਨਹੀਂ ਜਾਂਦਾ। ਜਿਹੜੇ ਗੋਲੀਆਂ ਨਾਲ ਨਹੀਂ ਮਰਦੇ ਉਹਨਾਂ ਨੂੰ ਨਸ਼ੇ ਨਾਲ ਮਾਰ ਦਿੰਦੇ ਜੋ, ਉਹਦਾ ਇਨਸਾਫ ਤੁਹਾਨੂੰ ਨਹੀਂ ਮਿਲਦਾ। ਅਤੇ ਜੇ ਕੋਈ ਧਰਮ ਦਾ ਪ੍ਰਚਾਰ ਕਿਤੇ ਕਰਦਾ ਤਾਂ ਉਹਦੇ ਖਿਲਾਫ਼ ਤੁਸੀਂ ਪ੍ਰਾਪੋਗੰਡਾ ਕਰਦੇ ਜੋ। ਸੋ ਮੇਰੀ ਇਹ ਬੇਨਤੀ ਹਕੂਮਤ ਨੂੰ ਵੀ ਅਪੀਲ ਹੈ ਅਤੇ ਉਹ ਇਹਨੂੰ ਮੰਨਣ, ਅਤੇ ਜੇ ਕੋਈ ਨਸ਼ੇ ਦੇ ਖਿਲਾਫ਼ ਉਹ ਮੁਹਿੰਮ ਚਲਾ ਸਕਦੇ ਤਾਂ ਚਲਾਉਣ, ਨਹੀਂ ਤਾਂ ਅਸੀਂ ਤਾਂ ਚਲਾਉਣੀ ਹੈ। ਫਿਰ ਸਾਨੂੰ ਨਾ ਇਹ ਕਹਿਣ ਵੀ ਤੁਸੀਂ ਇੱਦਾਂ ਕਿਉਂ ਕਰਦੇ ਜੋ, ਉੱਦਾਂ ਕਿਉਂ ਕਰਦੇ ਜੋ। ਸੋ ਇਹਨਾਂ ਮਾਂ ਪਿਓ ਨੂੰ, ਇਹਨਾਂ ਪਰਿਵਾਰ ਨੂੰ ਵੀ ਇਹੋ ਹੀ ਹੁਣ ਤਾਂ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਦਾ ਭਾਣਾ ਹੀ ਮੰਨਿਆ ਜਾ ਸਕਦਾ। ਅਤੇ ਅਸੀਂ ਇਹ ਉਮੀਦ ਕਰਦੇ ਵੀ ਜਿਹੜਾ ਨੌਜਵਾਨ ਅੱਜ 1-1.5 ਸਾਲ ਦੀ ਉਮਰ ਹੈ, ਇਹੋ ਹੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਵੀ ਜਦੋਂ ਨੂੰ ਇਹ ਜਵਾਨੀ 'ਤੇ ਪੈਰ ਰੱਖੇ ਉਦੋਂ ਨੂੰ ਪੰਜਾਬ 'ਚ ਇਹੋ ਜਿਹਾ ਕੋੜ ਨਾ ਹੋਵੇ, ਸੰਘਰਸ਼ ਦੇ ਵਿੱਚ ਜੀਵਨ ਲੇਖੇ ਲੱਗ ਜਾਵੇ। ਮੇਰੀ ਇਹਨਾਂ ਦੇ ਬਾਪੂ ਜੀ ਨਾਲ ਗੱਲ ਹੋਈ ਸੀ ਵੀ ਇਹਨੂੰ ਚੰਗਾ ਉਹ ਵੀ ਘੱਟ ਸਮਾਂ ਆਇਆ ਵੀ ਖਾੜਕੂਵਾਦ ਦੇ ਵਿੱਚ ਸਾਡੇ ਘਰਾਂ ਦੇ ਘਰ ਨੌਜਵਾਨ ਲੇਖੇ ਲੱਗੇ ਪੰਥ ਦੇ, ਪਰ ਅੱਜ ਉਹਨਾਂ ਦੇ ਸਮਾਗਮਾਂ 'ਤੇ ਜਾਈਦਾ, ਉਹਨਾਂ ਨੂੰ ਯਾਦ ਕਰੀਦਾ। ਉਹ ਮੌਤ ਜਿਹੜੀ ਆ ਉਹ ਫਿਰ ਵੀ ਗੈਰਤਮੰਦਾਂ ਦੀ ਮੌਤ ਹੈ, ਸ਼ਹੀਦੀ ਹੈ। ਇੱਥੇ ਜਿਹੜੀ ਮੌਤ ਹੋ ਰਹੀ ਹੈ ਉਹ ਕਿਤੇ ਕਿਸੇ ਲੇਖੇ ਦੇ ਵਿੱਚ ਨਹੀਂ। ਮਾਂ ਪਿਓ ਵਿਚਾਰੇ ਕਹਿਣ ਲੱਗਿਆਂ ਡਰਦੇ ਆ ਵੀ ਸਾਡਾ ਪੁੱਤ ਕਿਹੜੇ ਰਾਹ ਤੁਰ ਗਿਆ, ਅਤੇ ਲੋਕ ਪਿੰਡ ਦੇ ਵੀ ਆਣ ਕੇ ਫਿਰ ਉਹ ਜ਼ਿਕਰ ਨਹੀਂ ਕਰਦੇ। ਕਿਤੇ ਪਰਦਾ ਰੱਖਣਾ ਬੰਦ ਕਰੀਏ। ਬਿਲਕੁਲ, ਜੇ ਕੋਈ ਨੌਜਵਾਨ ਨਸ਼ੇ 'ਤੇ ਲੱਗਾ ਉਹਦੇ ਮਾਂ ਪਿਓ ਨੂੰ ਵੀ ਖੁੱਲ੍ਹ ਕੇ ਸੰਸਾਰ 'ਚ ਗੱਲ ਕਰਨੀ ਚਾਹੀਦੀ ਹੈ ਸਮਾਜ ਦੇ ਵਿੱਚ, ਅਤੇ ਬਾਕੀ ਪਿੰਡ ਦੇ ਲੋਕਾਂ ਨੂੰ ਵੀ ਮਦਦ ਕਰਕੇ ਨੌਜਵਾਨਾਂ ਨੂੰ ਇਸ ਰਾਹ ਤੋਂ ਹਟਾਉਣਾ ਚਾਹੀਦਾ। ਧਰਮ ਦਾ ਪ੍ਰਚਾਰ ਸਭ ਤੋਂ ਵੱਡੀ ਜ਼ਰੂਰਤ ਹੈ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਜੀ। ਸਰਕਾਰ ਕਹਿੰਦੀ ਹੈ ਲਗਾਤਾਰ, ਨਸ਼ਾ ਛੁਡਾਓ ਕੇਂਦਰ ਖੋਲ੍ਹੇ ਨੇ ਲਗਾਤਾਰ। ਅਸੀਂ ਜੇ ਬਾਰਡਰ ਪਾਰ ਤੋਂ ਹਿਰਨ ਵਾਰੀ ਉਹਨੂੰ ਫੜ ਰਹੇ ਹਾਂ, ਜੇ ਗੁਜਰਾਤ ਤੋਂ ਵਾਰੀ ਉਹਨੂੰ ਫੜ ਰਹੇ ਹਾਂ, ਜੇ ਜੰਮੂ ਕਸ਼ਮੀਰ ਤੋਂ ਵਾਰੀ ਉਹਨੂੰ ਫੜ ਰਹੇ ਹਾਂ, ਤਾਂ ਲੱਗਦਾ ਨਹੀਂ ਕਿ ਪਿੰਡਾਂ ਦੇ ਨੌਜਵਾਨਾਂ ਨੂੰ, ਪਿੰਡਾਂ ਦੇ ਲੋਕਾਂ ਨੂੰ ਵੀ ਇਕੱਠੇ ਹੋਣਾ ਪੈਣਾ। ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ਼ ਜਿਹੜੇ ਲੋਕ ਬੋਲਦੇ ਨਹੀਂ, ਉਹਨਾਂ ਨੂੰ ਇਕੱਠੇ ਹੋਣਾ ਪੈਣਾ ਕਿ ਨੱਤ ਪਾਈ ਜਾ ਸਕੇ। ਦੇਖੋ, ਪ੍ਰਸ਼ਾਸਨ ਨਿਜ਼ਾਮ ਸਾਰਾ ਕੁਝ ਫੇਲ ਹੋ ਚੁੱਕਾ। ਜੇ ਸਰਕਾਰ ਕੁਛ ਕਰ ਰਹੀ ਹੁੰਦੀ ਤਾਂ ਆਹ ਦਿਨ ਸਾਨੂੰ ਵੇਖਣੇ ਨਾ ਪੈਂਦੇ। ਪਿੰਡ ਦੇ ਨੌਜਵਾਨਾਂ ਨੂੰ, ਪਿੰਡ ਦੇ ਬਜ਼ੁਰਗਾਂ ਨੂੰ ਮੇਰੀ ਅਪੀਲ ਹੈ ਕਿ ਪਿੰਡਾਂ ਦਾ ਪੈਰਾ ਆਪਾਂ ਨੂੰ ਆਪ ਰੱਖਣਾ ਪੈਣਾ। ਪਿੰਡ 'ਚ ਕਿਹੜੀ ਚੀਜ਼ ਨਹੀਂ ਵਿਕਣੀ ਚਾਹੀਦੀ ਉਹ ਬੰਦ ਆਪ ਕਰਾਉਣੀ ਪੈਣੀ, ਕਿਸੇ ਨੇ ਆਣ ਕੇ ਨਹੀਂ ਕਰਾਉਣੀ। ਤੁਸੀਂ ਪ੍ਰਸ਼ਾਸਨ ਦੀ ਲਓ ਜਿੱਥੇ ਮਦਦ ਲਈ ਜਾ ਸਕਦੀ, ਪਰ ਜੇ ਨਹੀਂ ਕਰਦੇ ਤਾਂ ਮਤਲਬ ਵੀ ਨੌਜਵਾਨ ਆਪਣੇ ਖੁੱਲ੍ਹੇ ਤਾਂ ਨਹੀਂ ਛੱਡਦੇ ਨੇ ਮਰਨ ਨੂੰ ਨਾ। ਜੋ ਕੁਛ ਕਰਨ ਦੀ ਲੋੜ ਹੈ ਕਰਨਾ ਹੈ,
ਉਹਦੇ ਲਈ ਪ੍ਰਸ਼ਾਸਨ ਨੂੰ ਇਹ ਆ ਵੀ ਜੇ ਤੁਸੀਂ ਕਰ ਲਓਗੇ ਠੀਕ ਹੈ, ਨਹੀਂ ਤਾਂ ਸਾਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪਊਗਾ। ਤੁਸੀਂ ਰੂਪਰੇਖਾ ਤਿਆਰ ਕੀਤੀ ਹੈ ਸੰਬੰਧੀ? ਦੇਖੋ ਸਾਡੀ ਫਿਲਹਾਲ ਤਾਂ ਰੂਪਰੇਖਾ ਵੀ ਬੇਨਤੀ 'ਤੇ ਚੱਲਣ ਡਿਆ ਕੰਮ। ਪੀਣ ਵਾਲਿਆਂ ਨੂੰ ਤਾਂ ਸਦੀਵ ਹੀ ਬੇਨਤੀ ਕਰਾਂਗੇ, ਵੇਚਣ ਵਾਲਿਆਂ ਨੂੰ ਹਜੇ ਬੇਨਤੀ ਕਰ ਰਹੇ ਹਾਂ ਵੀ ਹਟ ਜਾਓ, ਤੁਹਾਡਾ ਇਹ ਕਾਰੋਬਾਰ ਹੋ ਸਕਦਾ ਪਰ ਕਿਸੇ ਦੇ ਪੁੱਤਾਂ ਦੇ ਸਿਵੇ ਵੜ ਰਹੇ ਆ, ਤੁਸੀਂ ਇਹ ਕਾਰੋਬਾਰ ਤੋਂ ਬਾਜ਼ ਆ ਜਾਓ ਬਿਲਕੁਲ, ਹੈਂ। ਅਤੇ ਇਸ ਕਰਕੇ ਜੇ ਉਹ ਨਹੀਂ ਬਾਜ਼ ਆਉਣਗੇ ਫਿਰ ਉਹਦਾ ਤਰੀਕਾ ਅਸੀਂ ਲੱਭ ਲਾਂਗੇ, ਕੋਈ ਗੱਲ ਨਹੀਂ। ਹਾਲੇ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਇਹਨਾਂ ਨੂੰ ਨੱਥ ਪਾ ਲਓ, ਨਹੀਂ ਤਾਂ ਬਾਅਦ ਨੂੰ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਨੱਥ ਪਾਉਣਗੇ, ਫਿਰ ਤੁਸੀਂ ਕਹੋਗੇ ਵੀ ਕਾਨੂੰਨ ਹੱਥ 'ਚ ਆ ਗਿਆ ਜੀ, ਉਹ ਹੋ ਗਿਆ ਜੀ, ਹੋ ਗਿਆ। ਪਰ ਤੁਸੀਂ ਦੱਸੋ ਵੀ ਜਿਹੜੀ ਆਹ ਹਾਲਤ ਹੈ ਇਹ ਤੋਂ ਬਾਅਦ ਵੀ ਜੇ ਕਿਸੇ ਦੀ ਜ਼ਮੀਰ ਨਹੀਂ ਜਾਗਦੀ ਤਾਂ ਫਿਰ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ। ਫਿਰ ਤਾਂ ਇਹਨਾਂ ਨੂੰ ਸਰਕਾਰਾਂ ਭੰਗ ਕਰਕੇ ਐਲਾਨ ਦੇਣਾ ਚਾਹੀਦਾ ਵੀ ਇੱਥੇ ਕਿਸੇ ਦਾ ਰਾਜ ਨਹੀਂ ਹੈਗਾ, ਇੱਥੇ ਕੋਈ ਕਾਨੂੰਨ ਨਹੀਂ, ਕੋਈ ਕਾਇਦਾ ਨਹੀਂ, ਇੱਥੇ ਜੋ ਮਰਜ਼ੀ ਆਪਣੀ ਮਰਜ਼ੀ ਕਰੇ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਬਾਰੇ ਤੁਸੀਂ ਡੇਢ ਮਹੀਨੇ ਦਾ ਸਮਾਂ ਦਿੱਤਾ, ਡੇਢ ਮਹੀਨਾ ਦੇ ਵਿੱਚ ਨਾ ਇਨਸਾਫ ਮਿਲਿਆ ਤਾਂ ਕੀ ਅੱਗੇ ਐਕਸ਼ਨ ਲਿਆ ਜਾਵੇਗਾ, ਕੀ ਰੂਪਰੇਖਾ ਹੋਰ ਤਿਆਰ ਕੀਤੀ ਹੋਵੇਗੀ? ਦੇਖੋ ਅਸੀਂ ਉਹਦੇ ਮਤਲਬ ਕਿ ਪ੍ਰੈਸ ਕਾਨਫਰੰਸ ਕਰਾਂਗੇ ਛੇਤੀ, ਉਹਦੇ 'ਚ ਇਹ ਆ ਵੀ ਸਾਰਾ ਪੰਥ ਗੁਰਮਤਾ ਕਰੇ। ਮੇਰੇ ਇਕੱਲੇ ਦਾ ਫੈਸਲਾ ਤਾਂ ਕਿਤੇ ਇਹ ਨਹੀਂ, ਪੰਥਕ ਫੈਸਲਾ ਨਹੀਂ ਮੰਨਿਆ ਜਾਣਾ ਨਾ, ਮੈਂ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕਰਦਾ ਵੀ ਸਾਰੀਆਂ ਧਿਰਾਂ ਇਕੱਠੀਆਂ ਹੋਣ, ਡੇਢ ਮਹੀਨੇ ਦਾ ਸਮਾਂ ਸਰਕਾਰ ਕੁਝ ਨਹੀਂ ਮੰਨਦੀ ਤੇ ਪੰਥ ਇਕੱਠਾ ਹੋ ਕੇ ਗੁਰਮਤਾ ਕਰੇ। ਤੁਸੀਂ ਕੜੀ ਬਣੋਗੇ ਸਾਰਿਆਂ ਨੂੰ ਇਕੱਠਾ ਕਰਨ ਦੇ ਵਿੱਚ? ਬਿਲਕੁਲ, ਅਸੀਂ ਤੇ ਪੰਥਕ, ਦੇਖੋ ਗੁਰੂ ਦੀ ਬੇਅਦਬੀ ਦੇ ਮਸਲੇ ਤੇ ਇਕੱਠਾ ਤੇ ਲੋਕਾਂ ਨੂੰ ਆਪ ਹੋਣਾ ਚਾਹੀਦਾ। ਇਹ ਮਸਲਾ ਕੋਈ ਮੇਰਾ ਨਿੱਜੀ ਮਸਲਾ ਤੇ ਹੈ ਨਹੀਂ ਗਾ, ਮੇਰਾ ਗੁਰੂ ਇਕੱਲੇ ਦਾ ਥੋੜੀ, ਸਾਰੇ ਸੰਸਾਰ ਦਾ ਗੁਰੂ, ਸਾਰੇ ਸਿੱਖਾਂ ਦਾ ਗੁਰੂ ਹੈ। ਤੇ ਜਿਹੜੀ ਜਥੇਬੰਦੀ ਇਸ ਮਸਲੇ ਤੇ ਵੀ ਮੇਰਾ ਸੱਦਾ ਟਿਕਣ ਡਈ ਹੈ ਤੇ ਉਹਨੂੰ ਆਪ ਸੋਚਣਾ ਚਾਹੀਦਾ ਵੀ ਇਹ ਇੱਕ, ਮੈਨੂੰ ਲੱਗਦਾ ਨਹੀਂ ਵੀ ਅਸੀਂ ਗੁਰੂ ਨਾਲ ਪ੍ਰੇਮ ਕਰਦੇ ਹਾਂ, ਜੇ ਇਹਦੇ ਸਾਰੇ ਸਾਡੇ ਸਾਰਿਆਂ ਦਾ ਪਿਓ ਇੱਕੋ ਹੀ ਹੈ ਤੇ ਜੇ ਉਹਦੀ ਪੱਗ ਨੂੰ ਹੱਥ ਪੈਂਦਾ ਤੇ ਕੋਈ ਪੁੱਤ ਇੱਕ ਦੂਜੇ ਨੂੰ ਸਦੇ ਘੱਲਦੇ ਹੁੰਦੇ ਆ? ਤੁਹਾਨੂੰ ਕੀ ਲੱਗਦਾ ਕਿੱਦਾਂ ਰਿਐਕਸ਼ਨ ਹੋਣਾ ਚਾਹੀਦਾ ਜੇ ਨਾ ਇਨਸਾਫ ਦਾ? ਦੇਖੋ ਮੈਂ ਤਾਂ ਕਿਹਾ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਆਪਣਾ ਕਾਨੂੰਨ ਘੜਿਆ ਜਾਵੇ ਵੀ ਬੇਅਦਬੀ ਰੋਕਣੀ ਕਿਵੇਂ ਆ। ਸਰਕਾਰਾਂ ਇਹ ਕੰਮ 'ਚ ਅਸਫਲ ਹੋ ਗਈਆਂ ਨੇ, ਸਰਕਾਰਾਂ ਦੇ ਹੱਥ ਪੱਲੇ ਕੁਛ ਨਹੀਂ ਹੈਗਾ, ਉਹਨਾਂ ਨੇ ਹੱਥ ਖੜੇ ਕਰ ਦਿੱਤੇ, ਉਹਨਾਂ ਦੇ ਮੰਤਰੀ ਆਪ ਆਣ ਕੇ ਕਹੀ ਜਾਂਦੇ ਨੇ ਵੀ ਸਾਡੇ, ਅਸੀਂ ਨਹੀਂ ਕਰ ਸਕਦੇ ਕੁਛ, ਉਹਨਾਂ ਦਾ ਇੱਕ ਮੰਤਰੀ ਕਹਿੰਦਾ ਡੇਢ ਮਹੀਨਾ ਸਮਾਂ ਦੇ ਦਿਓ, ਸੋ ਡੇਢ ਮਹੀਨੇ ਦਾ ਸਮਾਂ ਦਿੱਤਾ, ਉਹ ਤੋਂ ਬਾਅਦ ਪੰਥ ਇਕੱਠਾ ਹੋ ਕੇ ਗੁਰਮਤਾ ਕਰੇ। ਤਾਜ਼ਾ ਬਿਆਨ ਇੱਕ ਆਇਆ ਕਿ ਸਾਈ ਭਾਈਚਾਰੇ ਨੂੰ ਲੈ ਕੇ ਕਿ ਤੁਸੀਂ ਵੀ ਸ਼ਸਤਰਧਾਰੀ ਹੋਵੋ, ਜੇ ਕਹਿੰਦੇ ਹੋ ਤੇ ਛਿੱਤਰ ਫੇਰਾਂਗੇ ਫਿਰ ਅਸੀਂ ਵੀ ਅੱਗੋਂ ਸ਼ਸਤਰਧਾਰੀ ਹੋ ਗਏ, ਤੁਹਾਨੂੰ ਲੱਗਦਾ ਕਿ ਅਜਿਹੇ ਬਿਆਨ ਤੁਹਾਨੂੰ ਦੇਣੇ ਚਾਹੀਦੇ ਆ? ਦੇਖੋ ਇਹ ਲਗਾਤਾਰ ਅੱਗੇ ਬਿਆਨ, ਇਹ ਬਿਆਨ ਜਵਾਬ ਦੇ ਵਿੱਚ ਦਿੱਤਾ ਅਸਾਈ ਕਿਹਨੂੰ ਕਹਿ ਰਹੇ ਆ ਵੀ ਅਸੀਂ ਹਥਿਆਰ ਚਲਾਉਣੇ ਸਿੱਖਾਂਗੇ, ਹੁਣ ਕਿਹਨੂੰ ਧਮਕੀ ਦੇ ਰਹੇ ਹੋ? ਤੇ ਅਸੀਂ ਤਾਂ ਅੱਗੇ ਉਹੀ ਗੱਲ ਕਹੀ ਆ, ਨਹੀਂ ਕੋਈ ਨਹੀਂ ਹੋ ਸਕਦਾ, ਹਰ ਕੋਈ ਨਹੀਂ ਹੋ ਸਕਦਾ। ਸ਼ਸਤਰ ਗੁਰੂ ਨੇ ਕੇਵਲ ਬਖਸ਼ੇ ਨੇ ਸਿੱਖਾਂ ਨੂੰ, ਦੂਜੀਆਂ ਕੌਮਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕਿਹੜੇ ਪੈਗੰਬਰ ਨੇ ਦਿੱਤਾ? ਸਾਨੂੰ ਇਹ ਬਿਆਨ ਦੇਣੇ ਪੰਜਾਬ 'ਚ ਰਹਿ ਕੇ ਵੀ ਅਸੀਂ ਸ਼ਸਤਰਧਾਰੀ ਹੋਵਾਂਗੇ ਤੇ ਸਾਨੂੰ ਫਿਰ ਅਸੀਂ ਕਿਹਾ ਕਿਹੜੀਆਂ ਚੂੜੀਆਂ ਪਾਈਆਂ ਨੇ? ਆਪਣੀ ਫਾਇਦਰੀ ਸ਼ਸਤਰ ਤਾਂ ਕੋਈ ਨਹੀਂ ਰੱਖ ਸਕਦਾ, ਰੱਖਣ ਜੀ ਸਦਕੇ ਰੱਖਣ, ਸਾਨੂੰ ਕਿਸ ਸੁਣਾਉਂਦੇ ਜੇ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਮੀਡੀਆ 'ਚ ਆਣ ਕੇ ਗੱਲ ਦੱਸਣ ਦੀ ਕੀ ਲੋੜ? ਸੋ ਇਸ ਕਰਕੇ ਮੈਂ ਤਾਂ ਇਹ ਗੱਲ ਕਹੀ ਵੀ ਜਿਹੜਾ ਜਿਵੇਂ ਜਿਹੋ ਜਿਹੀ ਤ੍ਰਿਸ਼ਨਾ ਲੈ ਕੇ ਸਾਡੇ ਕੋਲ ਆਊ ਉਹੋ ਜਿਹੀ ਅੱਗਿਓਂ ਘਰ ਪੂਰ ਕਰਕੇ ਤੁਰਦਾਂਗੇ। ਜੇ ਕੋਈ ਪ੍ਰੇਮ ਆ ਵਤਨਾ ਵਿਚਾਰ ਕਰਨ ਆਊਗਾ ਉਹਨਾਂ ਵਿਚਾਰ ਕਰਾਂਗੇ ਬੈਠ ਕੇ, ਜੇ ਕੋਈ ਕਹੂਗਾ ਵੀ ਅਸੀਂ ਤਿਆਰ ਬਰ ਤਿਆਰ ਹੋ ਕੇ ਉਹਨਾਂ ਤੇ ਅਸੀਂ ਤਾਂ ਦੱਸਿਆ ਵੀ ਅਸੀਂ ਅੱਗੇ ਤਿਆਰ ਬਰ ਤਿਆਰ ਹਾਂ, ਜੁਗਾਂ ਜੁਗਾਂ ਤੋਂ ਤਿਆਰ ਬਰ ਤਿਆਰ ਹੀ ਬੈਠੇ ਹਾਂ ਤੇ ਜਿਹਨੇ ਜਿੱਦਾਂ ਦੀ ਤਿਆਰੀ ਕਰਕੇ ਆਉਣਾ ਉਹ ਆ ਜਾਵੇ, ਉਦਾਂ ਦਾ ਜਵਾਬ ਦੇ ਦੇਣ। ਮਤ ਦੇ ਲੋਕਾਂ ਨੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਇਹ ਜਿਹੜੇ ਲੋਕ ਆ ਜਿਹੜਾ ਝੂਠਾ ਪ੍ਰਚਾਰ ਕਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਵੀ ਐਕਸ਼ਨ ਕਰਾਂਗੇ, ਤੁਸੀਂ ਉਹਨਾਂ ਈਸਾਈ ਪ੍ਰਚਾਰਕਾਂ ਨਾਲ, ਈਸਾਈ ਮਤ ਦੇ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਆ ਕਿ ਇਹ ਜਿਹੜਾ ਪ੍ਰਚਾਰ ਰੋਕਿਆ ਜਾਵੇ, ਤੁਸੀਂ ਵੀ ਨਾਲ ਲੱਗ ਕੇ ਰੋਕੋ ਜਿਹੜਾ ਗੁੰਮਰਾਹ ਕੀਤਾ ਜਾਂਦਾ ਲੋਕਾਂ ਨੂੰ? ਸਾਡੀ ਉਹਨਾਂ ਨੂੰ ਅਪੀਲ ਹੈ ਜੇ ਕੋਈ ਸਿਰਦ ਬੰਦੇ ਨੇ, ਤੁਹਾਡੇ ਬੰਦੇ ਵਿਗੜੇ ਨੇ, ਰੋਕਣਾ ਤੁਸੀਂ, ਸਾਡਾ ਫਰਜ਼ ਨਹੀਂ, ਤੁਸੀਂ ਰੋਕ ਲਓ ਠੀਕ ਨੇ, ਅਸੀਂ ਰੋਕ ਲਵਾਂਗੇ, ਅਸੀਂ ਰੋਕਣ ਤੁਰੇ ਹੀ ਹਾਂ। ਇਹ ਅਸੀਂ ਉਹਨਾਂ ਨੂੰ ਅਪੀਲਾਂ ਪੂਲਾਂ ਨਹੀਂ ਕਰਨੀਆਂ, ਮੁਲਾਕਾਤਾਂ ਸਾਡੇ ਕੋਲ ਨਹੀਂ ਹੁੰਦੀਆਂ, ਉਹਨਾਂ ਨੂੰ ਨਹੀਂ ਪਤਾ ਵੀ ਪਖੰਡ ਕਰ ਰਹੇ ਨੇ, ਜੇ ਪਤਾ ਵਾ ਤਾਂ ਸਾਡੇ ਨਾਲ ਮਿਲ ਕੇ ਉਹਨੇ ਕੀ ਕਰਨਾ? ਆਪਣੇ ਬੰਦੇ ਨੂੰ ਨੱਥ ਪਾ ਲਓ, ਕੋਈ ਸਾਡੇ ਘਰ ਦਾ ਜੀ ਹੋਵੇ ਕਿਤੇ ਜਾ ਕੇ ਕੋਈ ਬਦਤਮੀਜੀ ਕਰੇ, ਕੋਈ ਗਲਤ ਕੰਮ ਕਰੇ, ਰੋਕਣ ਦਾ ਫਰਜ਼ ਸਾਡਾ। ਸਾਨੂੰ ਹੁਣ ਬਾਰ ਬਾਰ ਉਹ ਕਹਿਣ ਵੀ ਸਾਨੂੰ ਮਿਲ ਕੇ ਜਾਓ, ਇੱਦਾਂ ਦੀ ਗੱਲਾਂ ਹੁੰਦੀਆਂ, ਜਿਹੜੇ ਸਿਰ ਦੇ ਸਾਈ ਭਾਈਚਾਰੇ ਦੇ ਲੋਕ ਨੇ ਉਹ ਇਹਨਾਂ ਬੰਦੇ ਨੂੰ ਆਪ ਨੱਥ ਪਾਉਣ 'ਤੇ ਚੰਗੀ ਗੱਲ ਹੈ। ਸਿੱਖੀ ਪ੍ਰਚਾਰ ਲਈ ਅਗਲੀ ਰੂਪਰੇਖਾ ਕੀ ਹੈ? ਇਹੋ ਹੀ ਰੂਪਰੇਖਾ ਜੀ, ਸਿੱਖੀ ਪ੍ਰਚਾਰ ਤੇ ਅੱਜ ਇਹੋ ਹੀ ਪ੍ਰਚਾਰ ਹੈ ਵੀ ਨੌਜਵਾਨ ਸਾਡੇ ਵਾਜਣ, ਗੁਰਸਿੱਖੀ ਗੁਰ ਜਿਹੜੇ ਬਾਣੀ ਬਣਦੇ ਧਾਰਨੀ ਬਣ ਜਾਣ, ਤਿਆਰ ਬਰ ਤਿਆਰ ਹੋਣ, ਸ਼ਸਤਰਧਾਰੀ ਹੋਣ। ਉਹਦੇ ਨਾਲ ਇਹ ਫਰਕ ਪਊਗਾ ਵੀ ਪਿੰਡਾਂ ਦੇ ਵਿੱਚ ਜਦੋਂ ਕਾਨੂੰਨ ਵਿਵਸਥਾ ਫੇਲ ਹੋ ਰਹੀ ਹੈ ਦਿਨੋਂ ਦਿਨ, ਘੱਟੋ ਘੱਟ ਆਪਣਾ ਤੇ ਗੁਰੂ ਦੇ ਲੜ ਲਾ ਕੇ ਅਸੀਂ ਆਪ ਤੇ ਪਿੰਡਾਂ ਦਾ ਬਚਾਅ ਕਰ ਸਕੀਏ। ਨਿੱਜੀ ਤੌਰ ਤੇ ਉਹਨਾਂ ਨੌਜਵਾਨਾਂ ਨੂੰ ਮਿਲਿਆ ਜਾਵੇਗਾ ਤੁਹਾਡੇ ਵੱਲੋਂ ਕਿ ਜਿਹੜੇ ਇਸ ਨਸ਼ੇ ਦੇ ਕੋਟ ਦੇ ਵਿੱਚ? ਮੈਂ ਤੇ ਸੱਦਾ ਦਿੱਤਾ ਖੁੱਲਾ ਵੀ ਭਾਈ ਆਓ ਇੱਕ ਵਾਰੀ ਮੁਲਾਕਾਤ ਕਰੋ, ਪੀਣ ਵਾਲੇ ਵੀ ਕਰੋ ਤੇ ਵੇਚਣ ਵਾਲੇ ਵੀ ਕਰ ਲਓ। ਤੁਸੀਂ ਵੀ ਜਾ ਸਕਦੇ ਹੋ ਉਹਨਾਂ ਨੌਜਵਾਨਾਂ ਕੋਲ? ਨਹੀਂ ਜਾਂਦੇ ਆ, ਦੇਖੋ ਲਿਸਟ ਇਦਾਂ ਕੋਈ ਬਣੀਆਂ ਨਹੀਂ ਹੁੰਦੀਆਂ, ਕੋਈ ਮੰਨਦਾ ਨਹੀਂ। ਲੋਕਾਂ ਨੂੰ ਪਤਾ ਹੁੰਦਾ ਕਿ ਆ ਨੌਜਵਾਨ ਫਸੇ ਹੋਏ ਨੇ,